عربی فتح لیلا پتہ ہے وہ لیلا چلیں گے اسی ووٹ پاون واسطے جمی ٹائم تے آئیں گے 3:30 ہونا ہے ووٹ پاون نو 3:30 نہیں ہو گیا سی جمی ٹائم تے جمی بجلی ہے کہ نہیں 4 بجے گل نہیں تھا کہ پورے 4 بجے جاواں گے کہہ اچھا سر نو راسٹ بس باری اپنی ہاں اج کٹی ہوئی ہے ساڈا تے جی کردا بھی جا وی نہ ووٹ پاون ساڈا تے ہو گئے دیکھ چڑک دی بس ترکی لنگ جان گے جے نہ آئے پھر ہاں نہ سن جان تے پھر بیپ بھی باہر پورا ਇਥੋਂ ਪਰਚੀ ਲੈਣੀ ਹੈ ਅ ਫਿਊ ਮੋਮੈਂਟਸ ਲੇਟਰ ਵੋਟਾ ਪਾ ਕੇ ਆ ਵੀ ਗਏ ਗਾਇਸ ਮਿੰਟ ਮਾਰਿਆ ਸੀ ਵੋਟ ਪਾਉਣ ਨੂੰ ਐਡੀ ਵੱਡੀ ਲੰਮੀ ਲਾਈਨ ਲੱਗੀ ਹੋਈ ਸੀਗੀ ਪਰ ਵਿੱਚ ਦੀ ਉਹ ਅਸੀਂ ਮਾਤਾ ਜੀ ਸਾਡੇ ਬਿਮਾਰ ਸੀਗੇ ਕਹਿ ਕੂਕੇ ਜੇ ਅਸਾਂ ਪਾ ਕੇ ਆ ਗਏ ਗਦਾ ਗਦਾ ਸੁਪਰਮੈਨ ਬਣ ਕੇ ਪਾ ਕੇ ਆਏਗੇ ਮਾਰੇ ਖੜੇ ਰਹੇ ਸਾਡੇ ਵੋਟਰ 10 ਮਿੰਟ ਪਾ ਕੇ ਮੁੜੇ ਆਏ ਤੇ 10 ਵਜੇ ਆਪ ਤੋਂ ਹੀ ਖੜੇ ਰਹੇ ਨਾ ਮੰਮੀ ਤਾਂ ਆਏ ਸੀ ਵੈਲੀ ਅੱਜ ਮੈਨੂੰ ਕਿ ਵੀਡੀਓ ਬਲੈਕ ਤੇ ਜਾ ਕੇ ਕਰ ਦਿਆ ਨਹੀਂ ਲੈਣਾ ਦਾ ਦੇਖੀ निशान भी अपना वोट पाउण दा सारे वोट करके आए ने तुहानू कित्थे मिलना सीगा आ गए सी वी पाउणी सी वोट थोड़े टाइम बस 10 साल ਦਾਸ ਪਤੇ ਤੇਰੀ ਵੀ 10 ਸਾਲਾਂ ਨੂੰ ਬਣ ਜੂਗੀ ਗਲੀਂ ਜੇ ਘੱਟ ਨੂੰ ਬਣ ਜੂ ਗਲੀਂ ਦੀ 6-7 ਸਾਲਾਂ ਨੂੰ ਬਣ ਜੂ ਰੌਕਸੀ ਦੀ ਰਹੀ ਵੋਟ ਬਈ ਰੌਕਸੀ ਤੇ ਰੌਕਸੀ ਸਾਡੀ ਦੀ ਕੋਈ ਫੋਟੋ ਨਹੀਂ ਘੱਟ ਗਿਆ ਤਰ ਚਲੋ ਦੇਖੋ ਹੁਣ ਕੌਣ ਜਿੱਤਦਾ ਕੌਣ ਹਾਰਦਾ ਦਾ ਪਤਾ ਲੱਗੂਗਾ ਸ਼ਾਮ ਨੂੰ ਅੱਜ ਹਾਂ ਯਾਰ ਜਿਹੜੇ ਚਾਹ ਮਾਰੇ ਪੀ ਕੇ ਫਿਰ ਉੱਥੇ ਜਾਣਗੇ ਮਾਪੇ ਕਿਹਾ ਸੀ ਚਾਹ ਲੱਗੀ ਹੋਗੀ ਉੱਥੇ ਹਾਂ ਚਾਹ ਲੱਗੀ ਨਹੀਂ ਦੇਖਦੇ ਹਾਂਗੇ ਕੀ ਬਣਦਾ ਕੀ ਹੈਗਾ ਸ਼ਾਮ ਨੂੰ ਫਿਰ ਜੱਟ ਆਉਂਦਾ ਜਦੋਂ ਤੂੰ ਦੱਸਦੇ ਹਾਂ ਤੁਹਾਨੂੰ ਹਨਾ hours later Oh, my God.
ਵੀ ਫਤੇ ਲੈ ਲੈ ਪੁੱਤ ਉਹ ਲੈ ਲੈ ਮੈਨੂੰ ਤਾਂ ਲੈ ਆ हाँ जी गाइस वोटा हो गया ने खत्म तो नतीजा आ गया है जिवें तुहाने देखी है वीडियो दे विच है ना भी साडे पिंड च जनरल कैटेगरी च जिहड़ा मुंडा खड़ा सीगा हरप्रीत सोनी अपने ही मतलब कि गवांड चों वाला मुंडा तो वह जित गया है चोन निशान बाल्टी सीगा उहदा तो सारे पिंड ने बहुत खुशी मनाई हैगी क्योंकि हकदार भी सीगा एक तरीके नाल वह जिदा सीगा बहुत शरीफ मुंडा है ते बाकी भी होर भी आले दुआले एरिया चो रिश्तेदारियों चो भी इन्हां दे पिंड भी जित के पिक पिंड भी इदी सुनो हुण का जित के मिलता है होए पे मैं कदों पिंड भाग जा मैनू ता अज आए होए रिजल्ट आउन तो पहले ही मैं उत्थे पहुंच गया भी पता नहीं की बड़े होऊंगा ते चाहे पता तो कि नहीं कदी उच्च उच्च जा के हैं माता कदी नाच दे होगी ਹੋਰ ਮੇਰੇ ਜਦ ਆਪਦੇ ਹੁੰਦੇ ਨੇ ਫਿਰ ਆਏ ਤਾਂ ਹੁੰਦਾ ਹੀ ਆ ਬਈ ਹੋਰ ਮੈਂ ਰਹਿ ਗਈ ਫਿਰ ਵੀ ਮੈਨੇ ਉੱਥੇ ਬਾਕੀ ਉਹਦੇ ਕਰਕੇ ਨਹੀਂ ਤਾਂ ਮੈਨੂੰ ਛੱਡ ਵੀ ਆਉਂਦਾ ਮੈਂ ਰੌਲਾ ਰੂਲਾ ਪਾ ਕੇ ਬਗੇ ਵੀ ਜਾਂਦੀ ਪੰਜ ਚਾਰ ਦਾ ਨਾ ਜਵਾਬ ਜਦੋਂ ਨੱਚ ਲੈਂਦੇ ਪੰਜ ਚਾਰ ਦਿਨਾਂ ਉੱਥੇ ਕੀ ਰਹੂਗਾ ਪੰਜ ਚਾਰ ਦਿਨਾਂ ਦਾ ਵਿਆਹ ਹੋ ਜੂ ਕੰਮ ਚੱਲ ਕੋਈ ਨਾ ਤੇ ਹੋਰ ਵੀ ਇਹਨਾਂ ਦੇ ਭੂਆ ਜੀ ਦਾ ਬੇਟਾ ਹੈਗਾ ਉਹ ਵੀ ਸਰਪੰਚ ਬਣ ਗਿਆ ਹੈਗਾ ਉਹ ਵੀ ਜਿੱਤਿਆ ਹੈਗਾ ਤੇ ਬਾਕੀ ਗਾਇਸ ਸਾਰਿਆਂ ਨੂੰ ਵਧਾਈਆਂ ਜਿੰਨੇ ਵੀ ਸਰਪੰਚ ਹੋਣੇ ਸਭ ਨੂੰ ਵਧਾਈਆਂ ਸਾਰਿਆਂ ਨੂੰ ਵਧਾਈਆਂ ਤੇ ਬਾਕੀ ਗਾਇਸ ਵਧੀਆ ਚਲੋ ਸਰਪੰਚ ਬਣ ਗਏ ਨੇਗੇ ਤੇ ਹੁਣ ਪਿੰਡ ਦਾ ਜਿਹੜਾ ਵਿਕਾਸ ਆ ਉਹ ਵਧੀਆ ਤਰੀਕੇ ਨਾਲ ਕਰਦੇ ਨੇ ਉਹ ਇੱਕ ਬਹੁਤ ਵੱਡੀ ਚੀਜ਼ ਹੈਗੀ ਸਰਪੰਚ ਬਣਨਾ ਇੱਕ ਵੱਡੀ ਚੀਜ਼ ਹੈ ਜਿਵੇਂ
ਉਵੇਂ ਹੀ ਸਰਪੰਚੀ ਨੂੰ ਮਤਲਬ ਕਿ ਵਧੀਆ ਤਰੀਕੇ ਨਾਲ ਨਿਭਾਉਣਾ ਵੀ ਬਹੁਤ ਵੱਡੀ ਗੱਲ ਮੈਨੂੰ ਇੱਥੋਂ ਜ਼ਿਆਦਾ ਮੇਰੇ ਪੇਕਿਆਂ ਜ਼ਿਆਦਾ ਖੁਸ਼ੀ ਹੋ ਰਹੀ ਸੀਗੀ ਮੈਨੂੰ ਉੱਥੇ ਧੱਕੀ ਵੱਜੀ ਪਈ ਸੀਗੀ ਵੀ ਚਲੋ ਹੈ ਨਾ ਬਣ ਜਾਵੇ ਬੇਇੱਜ਼ਤੀ ਨਾ ਹੋ ਜਾਵੇ ਕਿਤੇ ਚਲੋ ਬਣ ਗਿਆ ਇੰਨੀ ਕੁ ਰੱਬ ਨੇ ਲਾਜ ਰੱਖਤੀ ਸਾਰਿਆਂ ਦੀ ਖੁਸ਼ੀ ਇੰਨੀ ਖੁਸ਼ੀ ਹੋਈ ਹੈ ਕਿ ਮੈਨੂੰ ਆਪਦੇ ਆਪਦੇ ਵਾਲੀ ਤਾਂ ਹੁੰਦੀ ਹੋਵੇ ਸਭ ਨੂੰ ਹੁੰਦੀ ਹੈਗੀ ਜਿਹੜੇ ਜਿਹੜਾ ਵੀ ਅਗਲਾ ਹੁੰਦਾ ਇਹਦੇ ਵਿੱਚ ਉਹਨਾਂ ਦਾ ਬਹੁਤਾ ਜ਼ਿਆਦਾ ਹੁੰਦਾ ਆਪਾਂ ਚੱਲ ਬੈਠੇ ਦੇਖ ਹੀ ਰਹੇ ਹੈਗੇ ਉਹਨਾਂ ਨੂੰ ਤੇ ਪਰ ਉਹਨਾਂ ਦਾ ਦਿਲ ਪੁੱਛਣਾ ਹੁੰਦਾ ਗਾ ਬਲੌਗ ਵੀ ਜ਼ਰੂਰ ਦੇਖਣਗੇ ਵਧਾਈਆਂ ਉਹਨਾਂ ਨੂੰ ਸਾਰਿਆਂ ਨੂੰ ਸਾਰਿਆਂ ਨੂੰ ਵਧਾਈਆਂ ਜਿਹੜੇ ਜਿਹੜੇ ਬਣੇ ਨੇ ਨਵੇਂ ਤੇ ਵਧੀਆ ਕੰਮ ਕਰਿਓ ਬਸ ਸਾਰੇ ਇਹੀ ਸਾਰਿਆਂ ਨੂੰ ਆਪਣੇ ਵੱਲੋਂ ਮਤਲਬ ਇੱਕ ਅਪੀਲ ਹੈ ਮੰਨ ਲਓ ਵੀ ਅਪੀਲ ਹੈਗੀ ਵੀ ਸਾਰੇ ਵਧੀਆ ਕੰਮ ਕਰਿਓ ਜਿਹੜੇ ਜਿਹੜੇ ਸਰਪੰਚ ਬਣੇ ਨੇ ਤਾਂ ਜੋ ਅੱਗੇ ਵਾਸਤੇ ਉਹੀ ਗੱਲ ਵੀ ਅੱਗੇ ਵਾਸਤੇ ਵੀ ਪਤਾ ਲੱਗੇ ਤੁਹਾਡਾ ਵੀ ਹਾਂ ਤੁਸੀਂ ਸਰਪੰਚ ਬਣੇ ਹੋਗੇ ਤੇ ਪਿੰਡ ਵੀ ਤੁਹਾਨੂੰ ਯਾਦ ਕਰੇ ਅਗਲੀ ਵਾਰ ਵਾਸਤੇ ਤੁਹਾਨੂੰ ਕਹਿਣ ਦੀ ਲੋੜ ਨਾ ਪਵੇ ਖੁਦ ਵੋਟਾਂ ਤੁਹਾਨੂੰ ਆਪ ਪਾਉਣ ਐਂ ਤਾਂ 100 ਚੋਂ 100% ਤਾਂ ਹੁੰਦੇ ਨਹੀਂ ਹੁੰਦੇ ਹਨਾ ਕੋਈ ਵੀ ਅਗਲੀ ਵਾਰ ਵਾਸਤੇ ਨਕਾਰਤਾ ਚਲੋ ਠੀਕ ਆ ਬਾਕੀ ਗਾਇਸ ਅੱਜ ਦਾ ਬਲੌਗ ਇੰਨਾ ਹੀ ਅੱਜ ਦੇ ਬਲੌਗ ਚ ਤੇ ਤੁਹਾਨੂੰ ਕਿਵੇਂ ਲੱਗਿਆ ਸਾਡਾ ਬਲੌਗ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਜਿਹੜੇ ਜਿਹੜੇ ਪਿੰਡ ਜਿਹੜੇ ਜਿਹੜੇ ਸਰਪੰਚ ਬਣਿਆ ਗਾ ਉਹ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਸਾਡੇ ਪਿੰਡ ਠੀਕ ਹੈ ਜੀ ਅੱਜ ਦਾ ਬਲੌਗ ਇੱਥੇ ਕਰਦੇ ਖਤਮ ਕੱਲ ਨੂੰ ਮਿਲਦੇ ਨਵੇਂ ਬਲੌਗ ਦੇ ਵਿੱਚ ਉਹ ਤੱਕ ਵਾਸਤੇ ਬਾਏ ਬਾਏ।